ਮਨਜ਼ਰ ਖਾਂ ਕੁਝ ਬੰਦੇ ਆ ਕੇ ਵਗ ਗਿਆ ਬੈਠਾ ਵਗ ਗਿਆ ਵਗ ਜਾਵਾਂ ਮੈਨੂੰ ਪਤਾ ਹੈ ਕੁਝ ਬੰਦੇ ਨਾ ਬਣਾਉਂਦੇ ਸ਼ਹਿਰੀ ਦੇ ਵਿੱਚ ਕੁਝ ਬੰਦੇ ਬਦਮਾਸ਼ ਬਣ ਕੇ ਤੇ ਆਪਣਾ ਨਾਮ ਬਣਾ ਲੈਣ ਬਈ ਉਸ ਤੋਂ ਬੰਦੇ ਡਰਦੇ ਕੁਝ ਬੰਦੇ ਨਾ ਬਣਾਉਂਦੇ ਬਈ ਰੋਟੀ ਚੰਗੀ ਦੇ ਹੋਣੀ ਫਲਾਣਾ ਬੰਦਾ ਰੋਟੀ ਚੰਗੀ ਦਿੰਦਾ ਉਹਦਾ ਨਾਮ ਅੱਲਾਹ ਤਾਲਾ ਬਣਾ ਛੱਡਿਆ ਉਹਨੇ ਤਰ੍ਹਾਂ ਕਿ ਮਾਂ ਔਰਾਂ ਤੇ ਰੋਟੀ ਚੰਗੀ ਦਿੰਦਾ ਗਰੀਬ ਆਵੇ ਅਮੀਰ ਆਵੇ ਸਾਰਿਆਂ ਨੂੰ ਇੱਕੋ ਜਿਹਾ ਰੋਟੀ ਦੇਣੀ ਇਹ ਗੱਲ ਉੱਡਦੀ ਉੱਡਦੀ ਮਿਰਾਸੀਆ ਦੇ ਕੰਨਾਂ ਤੇ ਗਈ ਇਹ ਗੱਲ ਉੱਡਦੀ ਉੱਡਦੀ ਸਿੱਧਾ ਇੱਕੋ ਘਾਟ ਕਰਦਾ ਇਹ ਸਮਝ ਨਹੀਂ ਆਉਂਦੀ ਮਿਰਾਸੀਆ ਦੇ ਕੰਨਾਂ ਤੇ ਗਈ ਉਹਨਾਂ ਕਿ ਬੜੇ ਬਾਹਰ ਫਲਾਣੀ ਮਸਤੀ 'ਚ ਬੜੀ ਰੋਟੀ ਚੰਗੀ ਦਿੰਦਾ ਅਤੇ ਆਪਾਂ ਇੱਥੇ ਬੈਠੇ ਡਾਲੂ ਫਾਕ ਫਾਕ ਤੇ ਦੇ ਰੰਗ ਹੀ ਸਾਵੇ ਹੋ ਗਏ ਨੇ ਆਪਣੇ ਮਿਰਾਸੀ ਬਾਰਾਂ ਮਿਰਾਸੀ ਰਾਤੀ 12 ਵਜੇ ਵਗ ਅੱਧੀ ਰਾਤੀ ਮਾਰਦਾ ਜਿਹਾ ਕੁੰਡਾ ਖੜ ਕੇ ਉੱਡ ਕੁੰਡਾ ਜਾ ਖੜਕਿਆ ਅੰਦਰ ਮਾਰ ਸਾਹਿਬ ਕੱਲੀ ਬੁਣਾਇਣ ਤੇ ਮਾਜ ਬਜਲੀ ਤੇ ਹਾਂ ਭਾਈ ਕਿਵੇਂ ਕਿਵੇਂ ਆਇਓ ਕੌਣ ਹੁੰਦੇ ਹੋ ਉਹਨਾਂ ਕਿ ਮੇਰਾ ਸਰਦਾਰ ਮਿਰਾਸੀ ਮਿਰਾਸੀ ਬੋਲਣ ਦੇ ਭਾਈ ਜੀ ਮੇਰਾ ਸਰਦਾਰ ਮੀਰ ਵਾਲਾ ਮੈਂ ਅੱਲਾ ਤੇ ਤੈਨੂੰ ਤਾਕਤ ਆਇਆ ਤੇਰਾ ਬੜਾ ਨਾਂ ਸੁਣਿਆ ਵੀ ਰੋਟੀ ਚੰਗੀ ਦਿੰਦਾ ਮੌਲਾ ਖੁਸ਼ ਰੱਖੇ ਮੌਲਾ ਦੇ ਬਾਗ ਉਹ ਇਮਾਨ ਸਲਾਮਤ ਬੱਚਿਆਂ ਦੀ ਖੈਰ ਹੋਵੇ ਉਸ ਆ ਕੇ ਇੱਕ ਤਾਂ ਮੈਨੂੰ ਦੱਸੋ ਇਹ ਟਾਈਮ ਹੈ ਭਲਾ ਰੋਟੀ ਦਾ ਮਿਰਾਸੀਆਂ ਨੇ ਬੱਕਰੀ ਵੇਖੀ ਖਲੇ ਮੈਂ ਕਿੱਲੀ ਨਾਲ ਬੰਦੀ ਖਲੇ ਉਸ ਆ ਕੇ ਸਰਦਾਰ ਟਾਈਮ ਤਾਂ ਬੜਾ ਹੈ ਜੋ ਉਸ ਬੱਕਰੀ ਦੇ ਹੱਥ 'ਚ ਰੱਖੋ ਅਸਾਂ ਤਾਂ ਨਾਂ ਕੱਢਣਾ ਤੁਹਾਡਾ ਜੇ ਤੁਸੀਂ ਸਾਨੂੰ ਬੱਕਰੀ ਨਾ ਖਵਾਈ ਸੋ ਤੁਹਾਡੀ ਪਿਛਲੀ ਕੀਤੀ ਅਤੇ ਲਾਰਤ ਫਿਰ ਵਈ ਮਾਰਦੇ ਲੈ ਸੋਚਿਆ ਵੀ ਜਿਹੜਾ ਨਾ ਕਸਾਈ ਨੂੰ ਸਦਾ ਇਹਨੇ ਤਾਂ ਬਿਹਤਰ ਪਿਛਲੀ ਤੇ ਲਾਰਤ ਫੰਦੀ ਉਸ ਜਿਹੜਾ ਰਾਤੀ ਕਸਾਈ ਨੂੰ ਸਦਾ ਕੇ ਰਤੀ ਬੱਕਰੀ ਹਜ਼ਮ ਕਰ ਗਾ ਮਿਰਾਸੀ ਉਹਨਾਂ ਕਿ ਹੁਣ ਦੇ ਹੋਇਆ ਮਿਰਾਸੀ ਆ ਕੇ ਇਹ ਥਾਂ ਹੀ ਪਾਇਆ ਕਿ ਆ ਘਰ ਜਾਵੇ ਰੋਟੀ ਚੰਗੀ ਲੱਭਦੀ ਗੱਦੀ ਉਹ ਤਾਂ ਕਿ ਜਿਹੜੀ 15-20 ਬੱਕਰੀਆਂ ਜਿਸ ਲੋਕ ਖਾ ਗਏ ਨਾ ਤਵੱਜੋ ਹੈ ਨਾ ਜੀ 15-20 ਬੱਕਰੀਆਂ ਖਾ ਗਏ ਮਾਰ ਤੰਗ ਹੋ ਗਏ ਉਹ ਚੱਕ ਦੇ ਲੰਬਰਦਾਰ ਕੋਲ ਮਾਰ ਗਏ ਉਸ ਆ ਕੇ ਗੱਲ ਇਹ ਮੈਨੂੰ ਇੰਨੀ ਮਿਰਾਸੀ ਇੱਥੋਂ ਤਾਂ ਹੀ ਕੀਤੀ ਬੈਠੇ ਬੰਦੂਕ ਚਾ ਲਿਆ ਮੈਂ ਇੱਥੋਂ ਤੋਂ ਇਹੀ ਪੁੱਛਣਾ ਬਈ ਉਹ ਬੱਕਰੀ ਕਿਹਦੇ ਜਿਹਨੂੰ ਹਲਕੇ ਕੁੱਤੇ ਵੱਢਿਆ ਅਤੇ ਮੈਂ ਅਕਸਰ 'ਚ ਭੁੱਲ ਕੇ ਮੈਂ ਤਾਂ ਇੰਨਾ ਮਿਰਾਸੀ ਨੂੰ ਖਵਾਹੀ ਬਸ ਤੋਂ ਬੰਦੂਕ ਦੀ ਲੈਣ ਉਦਾਈ ਕਰਦੇ ਆਪਣੇ ਮਗਰੂ ਲਾਇਆ ਬਈ ਸਿਰ ਲਾ ਜੀ ਉਹ ਲੰਬਰਦਾਰ ਨੂੰ ਸਮਝਾ ਕੇ ਮਾਰ ਮੋੜ ਮਿਰਾਸੀਆਂ ਕੋਲ ਆ ਕੇ ਬਾਹਰ ਹੋਰ ਸੁਣਾਓ ਕੀ ਹਾਲ ਹੈ ਇੰਜ 10-15 ਮਿੰਟ ਗੁਜ਼ਰੇ ਲੰਬਰਦਾਰ ਦੇ ਹੱਥ 'ਚ ਬੰਦੂਕ ਮਾਰ ਸਾਹਿਬ ਬੱਕਰੀ ਕਿਤੇ ਜਿਹਨੂੰ ਹਲਕੇ ਕੁੱਤੇ ਵੱਡੇ ਆਈ ਮਾਰ ਆਖਿਆ ਉੱਜੜ ਗਿਆ ਸੀ ਮੈਂ ਤਾਂ ਇੰਨਾ ਗਰੀਬਾਂ ਮਿਰਾਸੀਆਂ ਨੂੰ ਖਵਾ ਬੈਠਾ ਮਿਰਾਸੀਆਂ ਦੇ ਰੱਤੇ ਲਾਲ ਕਾਰਨ ਆਉਂਦੇ ਗਏ ਉਹਨਾਂ ਕਿ ਉਹ ਥਾੜਿਓ ਮਾਰ ਗਿਆ ਸੀ ਆਏ ਹਲਕੀ ਬੱਕਰੀ ਖਾਧੀ ਬੈਠੇ ਆਪਾਂ ਹੁਣ ਕਦੇ ਨਹੀਂ ਜੀ ਸਕਦੇ ਮਾਰ ਥਾਂ ਗਿਆ ਸੀ ਲੰਬਰਦਾਰ ਆਖੇ ਗੱਲ ਇਹ ਮੀਆਂ ਅੱਲਾ ਦੇ ਬੰਦੇ ਹੋ ਮੀਰ ਆਲਮ ਹੋ ਤੁਸੀਂ ਸਾਡੇ ਫਕੀਰ ਹੋ ਲਿਆਦਾ ਹੁਣ ਤੁਸੀਂ ਲੈਣੇ 'ਚ ਹੋ ਜਾਓ ਜੇ ਮੈਂ ਤੁਹਾਨੂੰ ਫਾਇਰ ਮਾਰਨਾ ਇੱਕ ਮਿਰਾਸੀ ਕਬੜੀ ਕਿ ਉਹਨੂੰ ਵੀ ਆਖੋ ਤੈਨੂੰ ਜੁਨਾਬ ਦੀ ਮਾਰ ਆਵੇ ਹਾਲੀ ਸਾਨੂੰ ਹਲਕਿਆਂ ਤੋਂ ਹੋਵਣ ਦੇ ਹਾਂ